ਆਪਾਂ ਇਸ ਟਾਈਮ ਹੈਗੇ ਆ ਇਸ਼ਮੀਤ ਸਿੰਘ ਰੋਡ ਤੇ ਜਾ ਕੇ ਥਰੇ ਜਾ ਰਹੇ ਆਪਾਂ ਕਾਫੀ ਕੈਫੇ ਕਿਹੜੇ ਕਾਫੀ ਕੈਫੇ ਆ ਨਾ ਕਾਫੀ ਕੈਫੇ ਕੀ ਆ ਫਿਰ ਉਹ ਹੀ ਵੀ ਆ ਉਹ ਹੀ ਵੀ ਕੇ ਸੀ ਵੀ ਕੁਝ ਹੈ ਨਾ ਕੋਪੀ ਨਹੀਂ ਕਾਫੀ ਹੈ ਨਾ ਬਸ ਸਾਡੇ ਲਈ ਕਾਫੀ ਕੈਫੇ ਮੈਂ ਫਸਟ ਟਾਈਮ ਜਾ ਰਿਹਾ ਤੇ ਜਾ ਰਹੇ ਮਿੱਤਾ ਭਾਜੀ ਨੇ ਲੱਗਿਆ ਜਾਮ ਫਿਰ ਇਹੀ ਕੰਮ ਹੈ ਜਦੋਂ ਜਾਓ ਜਾਮ ਮਿਲਣਾ ਹੀ ਮਿਲਣਾ ਕਹਿ ਲਾ ਕੇ ਬਈ ਆਪਣਾ ਮੈਂ ਪਹਿਲੇ ਦੱਸ ਚੁੱਕਿਆ ਕਿ ਆਪਣਾ 9 ਮਾਸ ਦਾ ਰਿਸ਼ਤਾ ਹੈ ਜਾਮ ਨਾਲ ਜਿਵੇਂ 9 ਮਾਸ ਤੋਂ ਲੱਗਣੀ ਨਾ ਹੁੰਦਾ ਉਹ ਉਸੇ ਤਰ੍ਹਾਂ ਮਤਲਬ ਮੈਂ ਜਾਮ ਤੋਂ ਨਹੀਂ ਛੁੱਟ ਸਕਦਾ ਜਿੱਥੇ ਜਾਵਾਂ ਮੈਨੂੰ ਜਾਮ ਮਿਲਣਾ ਹੀ ਮਿਲਣਾ ਫਾਟਕ ਦਾ ਗੱਲ ਯਾਦ ਆ ਗਈ ਅੱਗੇ ਇੱਕ ਵਾਰੀ ਕੀ ਆਇਆ ਨਾ ਮੈਂ ਡੈਡੀ ਨਾਲ ਸੀ ਐਕਟਿਵਾ ਤੇ ਸੀ ਤੇ ਆਪਣਾ ਹੈ ਨੀ ਰਾਸੋ ਰੋਡ ਦਾ ਫਾਟਕ ਉੱਥੇ ਗਏ ਤੇ ਫਾਟਕ ਬੰਦ ਸੀ ਮੈਂ ਕਿਹਾ ਯਾਰ ਡੈਡੀ ਕੀ ਕਰੀਏ ਮੈਂ ਕਿਹਾ ਅਗਰ ਆਪਾਂ ਅੱਗੇ ਫਸ ਗਏ ਤੇ ਜਾਮ ਲੰਬਾ ਲੱਗਦਾ ਇੱਥੇ ਡੈਡੀ ਕਹਿੰਦੇ ਐਂ ਕਰ ਤੂੰ ਨਾ ਦਾਣ ਮੰਡੀ ਫਾਟਕ ਤੋਂ ਕੱਢ ਲੈ ਜਦੋਂ ਮੈਂ ਕੱਢਿਆ ਇਹਨੂੰ ਆਹ ਫਾਟਕ ਖੁੱਲ ਗਿਆ ਉੱਧਰਲਾ ਮੈਂ ਕਿਹਾ ਚਲੋ ਹੁਣ ਖੁੱਲ ਗਿਆ ਮੈਂ ਹੁਣ ਆਪਾਂ ਨਿਕਲ ਚੱਲੇ ਚਲੋ ਨਿਕਲ ਚੱਲਦੇ ਹੁਣ ਸ਼ਾਇਦ ਸੋਚ ਲਿਆ ਉੱਧਰ ਜਾਣਾ ਉੱਧਰ ਕੱਢ ਲੈਂਦੇ ਆਪਾਂ ਉੱਧਰੋਂ ਨਿਕਲਣ ਲੱਗੇ ਸੀ ਲੇਕਿਨ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਕੋਈ ਕੱਢਦੇ ਹਾਂ ਇੱਥੇ ਆ ਕੇ ਸਾਲੇ ਫਿਰ ਟ੍ਰੇਨ ਆ ਗਈ ਫਿਰ ਫਾਟਕ ਬੰਦ ਫਿਰ ਅੱਧਾ ਘੰਟਾ ਜਾਮ ਲੱਗ ਕੇ ਡੱਡ ਗਏ ਪਹਾੜ ਸੇ ਕਿਤੇ ਖਜੂਰ ਪਿੱਟ ਕੇ ਉਹ ਕੰਮ ਹੋ ਗਿਆ ਮੂਸਾ ਭੱਜਿਆ ਮੂੰਹ ਤੋਂ ਮੂੰਹ ਅੱਗੇ ਕੜੀ ਰੇਂਜ ਕਿੰਨੀ ਚੋਂ ਰੇਂਜ ਤੂੰ ਛੱਡ ਤੂੰ ਤੇਲ ਸਾਹਮਣੇ ਉੱਥੇ ਕੋਈ ਨਾ ਅੱਗੇ ਵੀ ਹੈਗਾ ਰਿਲਾਇੰਸ ਅੱਛਾ ਬਾਈ ਯਾ ਬੈਰ ਰਿਲਾਇੰਸ ਤੋਂ ਰਿਲਾਇੰਸ ਮਹਿੰਗਾ ਪਰ ਰਿਲਾਇੰਸ ਕੋਲ ਨਹੀਂ ਪਾਉਣਾ ਪਾਇਆ ਤੂੰ ਮਹਿੰਗੇ ਸਸਤੇ ਫਾਇਦੇ ਨਾ ਚੁੱਪ ਕਰੇ ਮੈਂ ਬੜਾ ਆਪ ਕਿਤੇ ਟਾਟਾ ਬਰਲਾ ਹੋ ਗਿਆ ਆਪਾਂ ਇੱਥੋਂ ਪਾਉਣੇ ਤੇਲ ਕੋਈ ਨਹੀਂ ਕਿਹੜਾ ਉਹ ਹੀ ਹੈ ਦਾਣਾ ਮੰਡੀ ਵਾਲਾ ਫੇਰ ਅੱਛਾ ਹਾਂ ਇੱਥੋਂ ਪਾਉਣੇ ਯਾਰ ਗੱਲਾਂ ਗੱਲਾਂ ਜਿਹੜੀ ਗੱਲਾਂ ਹੀ ਰਹਿ ਗਿਆ ਮੈਂ ਗੱਲਾਂ ਸੀ ਆਪਣੀ ਸੁਣਾਉਂਦੇ ਪਏ ਸੀਗੇ ਗੱਲਾਂ ਯਾਰ ਹੁਣ ਜਾਮ ਮਿਲ ਗਿਆ ਤੇ ਹੁਣ ਹਰ ਇੱਕ ਚੀਜ਼ ਨਾਲ ਇੱਕ ਕਿੱਸਾ ਜੁੜਿਆ ਹੁੰਦਾ ਹੈ ਮੇਰੀ ਅੱਗੇ ਦੇਖੋ ਕਿਸੇ ਇੱਥੇ ਨਹੀਂ ਜੁੜ ਜਾਵੇ ਨਹੀਂ ਇੱਥੇ ਤਾਂ ਜੁੜਨ ਲੱਗਾ ਸੀ ਬਚ ਗਿਆ ਜਿਹੜਾ ਕਿੱਸਾ ਆਪਣੇ ਨਾਲ ਹੈਗਾ ਨਾ ਉਹਦੇ ਉਹ ਤੱਕ ਨਾ ਜੁੜ ਜਾਵੇ ਧਿਆਨ ਰੱਖੀ ਵੀਰੇ ਉਹ ਬਾਰ ਬਾਰ ਠਾ ਠਾ ਕਰਦਾ ਬਈ ਮਿੱਤੇ ਬੈਠਾ ਤੂੰ ਹੈ ਪਿੱਛੇ ਡਰਦੇ ਆ ਪਿੱਛੇ ਕੀ ਪਿਆ ਉਹ ਭਰਾਵਾ ਸਿਲੰਡਰ ਰੱਖਿਆ ਪਿੱਛੇ ਸਿਲੰਡਰ ਪਿਆ ਕਿੰਨੇ ਬਾਜ ਮੈਂ ਨਾ ਕਹੀ ਮੈਂ ਉੱਥੇ ਮੈਂ ਰੈੱਡ ਲਾਈਟ ਤੇ ਇੱਕਦਮ ਬ੍ਰੇਕ ਮਾਰੀ ਉੱਠਾ ਜਾ ਕੇ ਵੱਜਾ ਮੈਂ ਕਿਹਾ ਲੈ ਵੀ ਕੰਮ ਹੋ ਗਿਆ ਉਸ ਨੇ ਪਿੱਛੇ ਮੈਨੂੰ ਦੇਖਿਆ ਮੈਂ ਕਿਹਾ ਕਿਸੇ ਮੋਲਾ ਕਿਸੇ ਠੋਕ ਦੇ ਵਿੱਚ ਮੈਂ ਕਿਹਾ ਪਿੱਛੇ ਤਾਂ ਕੋਈ ਹੈ ਨਹੀਂ ਇਹ ਵੀ ਹੱਸੀ ਜਾਣ ਮੈਂ ਕਿਹਾ ਹੋਇਆ ਕੀ ਹੈ ਕਹਿੰਦੇ ਸਿਲੰਡਰ ਪਿਆ ਵਿੱਚ ਮੈਂ ਕਿਹਾ ਮੋਹ ਤਾਂ ਨਾਲ ਤੁਰੀ ਫਿਰ ਦੇ ਨਾਲ ਲੈ ਕੇ ਚਲੇ ਜਾਂਦੇ ਹੋ ਅਸੀਂ ਓਕੇ ਭਾਈ ਅੱਗੇ ਜਾਣਾ ਅੱਗੇ ਹਾਂ ਕੀ ਆਈਏ ਸੋਰੀ ਸੋਰੀ ਓਕੇ ਆ ਫੋਨ ਤੇ ਲੱਗਰਨ ਦੇ ਯਾਰ ਜਿੱਤੇ ਜਸਟ ਨੂੰ ਕੋਈ ਨਾ ਕੋਈ 70 180 80 ਕਹਿੰਦਾ ਸੀ ਮੈਨੂੰ ਕੋਣ ਅਸੀਂ ਉਹਨਾਂ ਚੱਪਾ ਆਏ ਇੱਥੇ ਏ ਵੀ ਆ ਯੁਵਰਾਜ ਕਹਿੰਦਾ ਚਲੋ ਚਲੀ ਚਲਦੇ ਆ ਤੁਹਾਨੂੰ ਲੈ ਕੇ ਚਲਦੇ ਕਿ ਨਵੀਂ ਜਗ੍ਹਾ ਤੇ ਜਾ ਲੈ ਕੇ ਆਇਆ ਏ ਵੀ ਸਰਾਭਾ ਨਗਰ ਬਹੁਤ ਅੱਛੀ ਜਗ੍ਹਾ ਹੈਗੀ ਹੈ ਫਸਟ ਟਾਈਮ ਆਇਆ ਮੈਂ ਤਾਂ ਇਸ ਜਗ੍ਹਾ ਤੇ ਫੀਲ ਬਹੁਤ ਵਧੀਆ ਹੋ ਰਿਹਾ ਯਾਰ ਮੈਨੂੰ ਸੀਗਾ ਇੱਕ ਵੀ ਮੈਂ ਐਸੀ ਇਹੋ ਜਿਹੀ ਜਗ੍ਹਾ ਕਦੇ ਗਿਆ ਨਹੀਂ ਥੋੜ੍ਹਾ ਜਿਹਾ ਸੀਗਾ ਅੰਦਰੋਂ ਮਤਲਬ ਕਿ ਮੈਂ ਥੋੜ੍ਹਾ ਜਿਹਾ ਨਰਵਸ ਸੀਗਾ ਲੈ ਆਰਡਰ ਕੀ ਕੀਤਾ ਦੱਸ ਦਿਓ ਕੀ ਕਰਾਇਆ ਆਰਡਰ ਇਹ ਪਤਾ ਨਹੀਂ ਆ ਔਰ ਬਬੀਤਾ ਪਾਸਤਾ ਜੀ ਪਾਸਤਾ ਰ ਪਿਆਤਾ ਪੜ ਲਓ ਇਹ ਸੋਖੇ ਤੰਦੂਰੀ ਪਨੀਰ ਇਹ ਸਿਡਨੀ ਸ਼ੈਲਡਨ ਪੜੀ ਮੈਂ ਸੀਰੀਅਸਲੀ ਮੈਂ ਪੜੀ ਹੋਈ ਹੈ ਠੀਕ ਹੈ ਨਾ ਇਹਦੀ ਕਹਾਣੀ ਹੈ ਸੀਰੀਅਸਲੀ ਦੱਸਿਆ ਹੈਗਾ ਕੀ ਇਹਦੇ ਚ ਇੱਕ ਹਸਬੰਡ ਹੈ ਇੱਕ ਵਾਈਫ ਹੈ ਤੇ ਦੋਨੋਂ ਮਰ ਜਾਂਦੇ ਨੇ ਕਹਾਣੀ ਖਤਮ ਹੋ ਜਾਂਦੀ ਹੈ ਨਹੀਂ ਵਿਸ਼ਵਾਸ ਤਾਂ ਪੜ ਕੇ ਦੇਖ ਲਓ ਪੜ ਕੇ ਦੇਖ ਲਓ ਮੈਂ ਬਿਲਕੁਲ ਬੜੀ ਬਿਲਕੁਲ ਜਾਇਜ਼ ਹੈ ਮੈਂ ਲੋ ਜੀ ਸਾਡਾ ਆਰਡਰ ਆ ਗਿਆ ਨਾਲ ਇਹ ਖਾਣਾ ਕਿਵੇਂ ਲੱਗ ਰਿਹਾ ਬਹੁਤ ਵਧੀਆ ਖਾਣ ਪੀਣ ਦੀ ਬਾਤ ਕਰਾਂਗੇ ਮੈਂ ਜਗ੍ਹਾ ਪਰਚਾਂ ਦੀ ਬਾਤ ਜਗ੍ਹਾ ਦੇਖ ਰਹੇ ਤੁਸੀਂ ਜਗ੍ਹਾ ਦੇਖੋ ਅਸੀਂ ਕਰਨੇ ਤੁਸੀਂ ਕਹੋ ਮਾਰੇ ਇਹ ਲੋ ਤੱਕ ਤਾਂ ਗੱਲਾਂ ਲੱਗੇ ਨੇ ਇੱਕ ਫੋਨ ਤੇ ਲੱਗਾ ਹੋਇਆ ਤੇ ਇੱਕ ਆਪਣਾ ਮੈਂ ਤਾਂ ਉਹਨਾਂ ਨੂੰ ਖਾ ਗਿਆ ਸੋ ਹੈ ਤੂੰ ਤਾਂ ਖਾ ਕੇ ਖਾਏਂਗਾ ਆਹੋ ਟੇਸਟ ਦੇ ਖਾ ਬੱਲੇ ਬੱਲੇ ਪਤਾ ਨਹੀਂ ਕਿਹੜੀ ਸਰੀਰ ਮੰਨ ਲਗਾ सारा खिच ली सो गाइस करते हैं वीडियो का एंड ये अज पहला दिन सी पहला दिन बहुत वधिया रहा अज आप रेस्टोरेंट गए मैं फस्ट टाइम गया तुम लोग तो गए होवोगे बट मैं फस्ट टाइम गया मेरे लिए पहला एक्सपीरियंस सी बट बहुत इंजॉय किया फ्रेंड्स नाल वीडियो देखो लाइक तो शेयर करो कमेंट बॉक्स कमेंट जरूर करो कि वीडियो किमें लगी पहला दिन सीरीज़ का किमें लग्या
ਪਹਿਲਾ ਦਿਨ ਅੱਛਾ ਹੋਏਗਾ ਤੇ ਬਾਕੀ ਨੂੰ 29 ਦਿਨ ਵੀ ਆਪਾਂ ਵਧੀਆ ਖਿੱਚਾਂਗੇ। ਠੀਕ ਹੈ ਜੀ। ਚੈਨਲ ਤੇ 900 ਪਲੱਸ ਮੈਂਬਰ ਹੋ ਚੁੱਕੇ ਨੇ ਆਪਣੇ। ਇਹ ਆਪਣੀ ਫੈਮਿਲੀ ਹੈ, ਇਸ ਫੈਮਿਲੀ ਨੂੰ ਆਪਾਂ ਗਰੋ ਕਰਨਾ ਹੈ। ਇਹ ਚੈਨਲ ਹੀ ਗਰੋ ਹੋ ਰਿਹਾ, ਮੇਰੀ ਫੈਮਿਲੀ ਵੱਧ ਰਹੀ ਹੈ, ਇਹਨੂੰ ਆਪਾਂ ਬਹੁਤ ਜ਼ਿਆਦਾ ਗਰੋ ਕਰਨਾ ਹੈ। ਇਹ ਤੁਹਾਡੀ ਸਪੋਰਟ ਨਾਲ ਹੋਊਗਾ। ਠੀਕ ਹੈ ਜੀ। ਬਣੇ ਰਹੋ, ਸੀਰੀਜ਼ ਨਾਲ ਜੁੜੇ ਰਹੋ। ਸੀਰੀਜ਼ ਬਹੁਤ ਅੱਛੀ ਜਾਣ ਵਾਲੀ, ਬਹੁਤ ਅੱਛੀ ਜਾਣ ਵਾਲੀ, ਬਹੁਤ ਅੱਛੀ ਜਾਣ ਵਾਲੀ। ਠੀਕ ਹੈ ਜੀ। ਮਿਲਦੇ ਹਾਂ ਕੱਲ੍ਹ ਦੇ ਵਲੌਗ ਨੈਕਸਟ ਵੀਡੀਓ। ਬਾਏ ਬਾਏ।